ਜੇਕਰ ਤੁਹਾਡੇ ਮਾਨਸਾ ਦੀ ਗੱਲ ਕਰੀਏ ਇੱਕ ਪਾਸੇ ਸਿੱਧੂ ਮੂਸੇਵਾਲਾ ਖੜਾ ਦੂਜੇ ਪਾਸੇ ਰੋਲਦ ਸਿੰਘ ਮਾਨਸਾ ਦੇ ਸੂ ਨਹੀਂ ਨਹੀਂ ਮੇਰੀ ਗੱਲ ਤਾਂ ਸੁਣੋ ਕੋਈ ਜ਼ਰੂਰੀ ਨਹੀਂ ਮੇਰਾ ਮੇਰੀ ਜਥੇਬੰਦੀ ਨੇ ਫੈਸਲਾ ਕਰਨ ਬੱਤੀਆਂ ਦੇ ਵਿੱਚ ਸਹਿਮਤੀ ਕਿਉਂ ਨਹੀਂ ਬਣ ਸਕੀ ਕੀ ਕਾਰਨ ਜੇ ਕਿਤੇ 32 ਜਥੇਬੰਦੀਆਂ ਫੈਸਲਾ ਕਰਨ ਦੀ ਸਵਾਲ ਨਹੀਂ ਪੈਂਦਾ ਸੀ ਕਿਸੇ ਹੋਰ ਸਰਕਾਰ ਬਣੀ ਸਰਕਾਰ ਸਾਡੀ ਬਣ ਗਿਆ ਕਿਸਾਨ ਲੀਡਰਾਂ ਨੂੰ ਕੇਜਰੀਵਾਲ ਕੋਲੇ ਜਾਣਾ ਪੈ ਰਿਹਾ ਵੀ ਸਾਡਾ ਜਿਹੜਾ ਹੈਗਾ ਸਮਝੌਤਾ ਕਰ ਲਓ ਸਾਡੇ ਨਾਲ ਲੱਗਦਾ ਨਹੀਂ ਗਲਤੀ ਜਦੋਂ ਹੁਣ ਕਿਤੇ ਧਰਨਾ ਲੱਗਿਆ ਕਰੂ ਅਗਲਾ ਕਿਉਂਕਿ ਅਸ ਤਾਂ ਸਾਨੂੰ ਵੋਟਾਂ ਚੰਗਾ ਹੈ ਹੁਣ ਤੁਸੀਂ ਮਾਨਸਾ ਸੀਟ ਤੋਂ ਲਾ ਲਓ ਜੇ 5 ਜਣੇ ਖੜੇ ਹੋਣ ਇੱਕ ਜਣੇ ਨੇ ਜਿੱਤਣਾ ਫਿਰ 4 ਕਿਹੜਾ ਘਰ ਛੱਡ ਕੇ ਬਹਿ ਜਾਣਗੇ ਚੰਡੀਗੜ੍ਹ ਕਿਉਂ ਨਹੀਂ ਖੇਡ ਸਕਦੇ ਹੁਣ ਨਵੇਂ ਘੜਾਉਣੇ ਵੱਜਣ ਤੋਂ ਕਿਹੜਾ ਬਣਦਾ ਹੈਗਾ ਫਿਰ ਇਕੱਠੇ ਹੋ ਕੇ ਘੇਰ ਲਾਂਗੇ ਛੱਡ ਦੇਣ ਚਿੰਤਾ ਨਾ ਕਰ ਕੌਣ ਛੱਡਦਾ ਧਰਨੇ ਲਾਉਣੇ ਕਿਵੇਂ ਛੱਡਦਾਂਗੇ ਭਲਾ ਧਰਨੇ ਬਣਾ ਕੀ ਗੁਣ ਛੱਡਾ ਕਿਸਾਨਾਂ ਦਾ ਬਣਦਾ ਹੀ ਨਹੀਂ ਧਰਨੇ ਬਣਾ ਕਹਿੰਦਾ ਖੁਦ ਲੜਨ ਦੇ ਇੱਛਕ ਹੋ ਜਾਂ ਯਾਰ ਕੋਈ ਲੜਾਵੇ ਲੜਨ ਦਾ ਕੀ ਡਰ ਹੁੰਦਾ 6 ਉਹਦੇ ਵਿੱਚ ਮੈਂ ਗਿਣਦਾ ਸਾਡੀਆਂ ਸਿਆਸੀ ਪਾਰਟੀਆਂ ਦੇ ਜਥੇਬੰਦੀਆਂ ਨੇ ਪਹਿਲਾਂ ਵੀ ਇਲੈਕਸ਼ਨ ਲੜਦੀਆਂ ਨੇ ਜੀ ਮੈਨੂੰ ਕਹਿੰਦੇ ਵੀ ਰਾਜ ਵਾਲਾ ਮੁੱਖ ਮੰਤਰੀ ਹੁਣ ਮੈਂ ਚੌੜ ਤੇ ਕਹਤਾ ਮੈਂ ਮਖੰਡ ਦਾ ਮੂੰਹ ਭਰੂ ਮੈਨੂੰ ਕਹਿੰਦੇ ਯਾਰ ਤੈਨੂੰ ਕਿਉਂ ਕਿਹਾ ਮੈਂ ਕਿਹਾ ਯਾਰ ਕੋਈ ਸਾਡੇ ਮੋਰਚੇ ਦੇ ਵਿੱਚੋਂ ਨਿਕਲ ਕੇ ਮੁੱਖ ਮੰਤਰੀ ਬਣਦਾ ਮਾੜਾ ਵੀ ਕੀ ਹੈ ਅਸੀਂ ਤਾਂ ਤੈਨੂੰ ਪਤਾ ਇੱਧਰ ਰਹੀਏ ਵਿੱਚ ਲੱਗੇ ਹੋਏ ਹਾਂ ਇੱਧਰ ਲੱਗੇ ਪਰ ਹਾਂ ਲੱਗੇ ਹੋਏ ਹਾਂ ਤੇਰੇ ਸਾਹਮਣੇ ਲੱਗੇ ਹੋਏ ਸਾਰਾ ਮਾਨਸਾ ਕਵਰ ਕਰ ਲਿਆ ਫੰਡ ਕਿੱਥੋਂ ਆਊਗਾ ਕੱਲਾ ਕਾ ਕੈਲੰਡਰ ਭੇਜਣਾ ਘਰੇ ਮਤਲਬ ਪਾ ਕੇ ਨਾਲ ਤਾਂ ਸਾਲ ਮੌਨ ਨਾਲ ਕੈਲੰਡਰ ਦੇਖਣਗੇ ਉਹ ਵੀ ਕੈਲੰਡਰ ਦੇ ਕੇ 10 ਰੁਪਏ ਲੈ ਕਰਾਂ ਕੋਲ ਵੀ ਦੱਸੋ ਆਪਣੇ 10 ਰੁਪਏ ਕੱਢ ਪਈ ਉਹਦਾ ਕੈਂਡੀਡੇਟ ਆ ਦੀ ਕੋਈ ਲਿਸਟ ਬਣੀ ਅੰਦਰ ਖਾਤੇ ਪਤਾ 117 ਬਹੁਤ ਵੱਡੇ ਹਲਕੇ ਹੁੰਦੇ ਆ ਕਿਵੇਂ ਕਵਰ ਕਰੋਗੇ 33% ਸੀਟਾਂ ਉਹ ਤਾਂ ਯਾਰ ਬਣੀ ਉਹ ਤਾਂ ਸਾਨੂੰ ਮਜ਼ਦੂਰ ਲੀਡਰ ਹੀ ਲਾਉਣੇ ਬਣੇਗੇ ਮਜ਼ਦੂਰਾਂ 'ਚ ਵੀ ਲਾਉਣੇ ਬਣੇਗੇ ਨੌਕਰ ਤਿਆਰ ਨੇ ਕੀ ਲੱਗਦਾ ਆਮ ਆਦਮੀ ਪਾਰਟੀ ਨਾਲ ਤੁਹਾਡਾ ਸਮਝੌਤਾ ਸਿਰੇ ਚੜੂਗਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਅਤੇ ਇਸ ਵਕਤ ਮੌਜੂਦ ਹਾਂ ਮਾਨਸਾ ਦੇ ਵਿੱਚ ਸਿਆਸੀ ਪਾਰਾ ਚੜ੍ਹਿਆ ਹੋਇਆ ਕਿਸਾਨ ਜਥੇਬੰਦੀਆਂ ਨੇ ਵੀ ਜਿਹੜਾ ਹੈਗਾ ਐਲਾਨ ਕਰ ਦਿੱਤਾ ਕਿ ਅਸੀਂ ਸਿਆਸੀ ਪਿੰਡ ਦੇ ਵਿੱਚ ਕੁੱਦਾਂਗੇ ਮੇਰੇ ਨਾਲ ਇਸ ਵਕਤ ਮੌਜੂਦ ਨੇ ਰੋਲਦੂ ਸਿੰਘ ਜੀ ਮਾਨਸਾ ਸਵਾਗਤ ਹੈ ਮਾਨਸਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਮਾਨਸਾ ਸਾਹਿਬ ਇੱਥੇ ਬੈਠੇ ਹਾਂ ਕੀ ਚੱਲ ਰਿਹਾ ਅੱਜ ਕੱਲ੍ਹ ਕਿਸਾਨ ਕਦੋਂ ਐਲਾਨ ਕਰ ਰਹੇ ਆ ਆਪਣੀਆਂ ਸੀਟਾਂ ਦਾ ਦੇਖੋ ਮੇਰਾ ਖਿਆਲ ਹੈ ਵੀ ਆਪਾਂ ਉੱਥੋਂ ਚੱਲੇ ਸੀ 11 ਤਰੀਕ ਨੂੰ ਇੱਕ ਦਿਨ ਹਰਿਆਣੇ 'ਚ ਲੱਗਿਆ ਫਿਰ ਇੱਕ ਦਿਨ ਪੰਜਾਬ 'ਚ ਲੱਗਿਆ ਫਿਰ ਦਰਬਾਰ ਸਾਹਿਬ ਮੱਥਾ ਟੇਕਿਆ ਫਿਰ ਮੈਂ 5-7 ਦਿਨ ਸਾਰੇ ਪੰਜਾਬ ਦਾ ਦੌਰਾ ਕੀਤਾ ਫਿਰ ਮੀਟਿੰਗ ਸੱਦੀ 32 ਜਥੇਬੰਦੀਆਂ ਦੀ ਰੈਲੀ 2-3 ਮੀਟਿੰਗਾਂ ਹੋਈਆਂ ਸਾਰੀਆਂ ਜਥੇਬੰਦੀਆਂ ਦੀਆਂ ਲੋਕਾਂ ਦੀ ਇੱਛਾ ਸੀ ਵੀ ਜੇ ਕੋਈ ਨਾ ਕੋਈ ਸਾਨੂੰ ਤੀਸਰਾ ਬਦਲ ਮੋਰਚੇ ਵੱਲੋਂ ਆ ਜੇ ਫਿਰ ਅਸੀਂ ਫੈਸਲਾ ਕਰਕੇ ਮਤਲਬ 22 ਜਥੇਬੰਦੀਆਂ ਨੇ ਵੀ ਅਸੀਂ ਸਮਾਜ ਮੋਰਚਾ ਦਾ ਬਣਾ ਲਿਆ ਰਾਜਨੀਤਿਕ ਮੋਰਚਾ ਉਦੋਂ ਬਾਅਦ ਮੀਟਿੰਗਾਂ ਚੱਲੀ ਜਾਂਦੀਆਂ ਨੇਗੀਆਂ ਕੱਲ੍ਹ ਨੂੰ ਫਿਰ ਸਾਡੇ ਮੋਰਚੇ ਦੀ ਕੱਲ੍ਹ ਨੂੰ ਫਿਰ ਮੀਟਿੰਗ ਹੈਗੀ ਜਲੰਧਰ ਦੇ ਵਿੱਚ ਕੱਲ੍ਹ ਨੂੰ ਮੈਂ ਜਾ ਰਿਹਾ ਗਾ ਉਦੋਂ ਗਾਹਾਂ ਕੀ ਨਿਕਲਦਾ ਕੱਲ੍ਹ ਵਾਲੀ ਮੀਟਿੰਗ ਤੋਂ ਬਾਅਦ ਨਿਕਲਣਾ ਕੀ ਨਿਕਲਣਾ ਮਤਲਬ ਹਜੇ ਕੈਂਡੀਡੇਟਾਂ ਦੀ ਕੋਈ ਲਿਸਟ ਬਣੀ ਅੰਦਰ ਖਾਤੇ ਪਤਾ 117 ਬਹੁਤ ਵੱਡੇ ਹਲਕੇ ਹੁੰਦੇ ਆ ਕਿਵੇਂ ਕਵਰ ਕਰੋਗੇ ਮੇਰਾ ਖਿਆਲ ਹੈ ਵੀ ਸਾਡੀ ਜਿਹੜੀ ਅੱਡੋ ਅੱਡੀ ਜਥੇਬੰਦੀਆਂ ਨੇ ਲਿਸਟ ਦਿੱਤੀ ਸੀ ਕਈ ਜਥੇਬੰਦੀਆਂ ਸੀ ਉਹ 60 ਕੁ ਬੰਦਿਆਂ ਦੀ ਲਿਸਟ ਸਾਡੀ ਬਾਕੀ ਸੀ 60 ਦੀ ਬਣ ਗਈ ਹਾਂ ਮਤਲਬ ਜਿਹੜੇ ਬਾਕੀ ਆਪਾਂ ਗੱਲ ਕਰੀਏ ਲਗਭਗ 57 ਕੀ ਇਕੱਲੇ ਕਿਸਾਨ ਹੀ ਲੜਨਗੇ ਜਾਂ ਉਹਨਾਂ ਨਾਲ ਕਲਾਕਾਰ ਵੀ ਆ ਰਿਹਾ ਜਾਂ ਕੋਈ ਹੋਰ ਤਬਕਾ ਵੀ ਆ ਰਿਹਾ ਵਪਾਰੀ ਵਰਗ ਜਾਂ ਕਿਸ ਤਰੀਕੇ ਨਾਲ ਉਹਦਾ ਇਹ ਹੈ ਗੱਲ ਜਿਹੜੀਆਂ 33% ਸੀਟਾਂ ਉਹ ਤਾਂ ਯਾਰ ਬਣੇ ਉਹ ਤਾਂ ਸਾਨੂੰ ਮਜ਼ਦੂਰ ਲੀਡਰ ਹੀ ਲਾਉਣੇ ਪੈਣਗੇ ਮਜ਼ਦੂਰਾਂ 'ਚ ਵੀ ਲਾਉਣੇ ਪੈਣਗੇ ਤਿਆਰ ਨੇ ਉਹ ਹਾਂ ਉਹ ਹੋ ਜਾਣਗੇ ਤਿਆਰ ਸਾਡੇ ਮਜ਼ਦੂਰ ਜਥੇਬੰਦੀਆਂ ਹੈਗੀਆਂ ਉਹ ਤਾਂ ਮਿਲ ਜਾਣਗੇ ਪੜ੍ਹੇ ਲਿਖੇ ਕੋਈ ਅਫਸਰ ਰਿਟਾਇਰ ਮਿਲ ਜੂਗਾ ਕੋਈ ਹੋਰ ਮਿਲ ਜੂਗਾ ਸਾਰਾ ਮਿਲਦੇ ਰਹਿਣ ਉਹ ਤਾਂ ਮਿਲਣੇ ਮਿਲਣੇ ਕੋਈ ਮਿਹਨਤੀ ਬੰਦਾ ਮਿਲ ਜੂਗਾ ਉਹ ਤਾਂ ਮਿਲ ਹੀ ਜਾਣੇ ਨੇਗੇ ਬਾਕੀ ਕੁਛ ਸ਼ਹਿਰਾਂ ਦੇ ਵਿੱਚੋਂ ਲਵਾਂਗੇ ਜਿਹੜੀ ਸ਼ਹਿਰੀ ਵੋਟ ਹੈਗੀ ਦੂਜਾ ਰਹੇਗਾ ਪੇਂਡੂ ਵੋਟ ਪੇਂਡੂ ਵੋਟਾਂ 'ਤੇ ਜਥੇਬੰਦੀ ਵਾਲੇ ਹੈਗੇ ਨੇ ਉਹ ਕਰਨ ਲੜਨੇ ਆ ਅਤੇ ਇਹ ਵਿੱਚ ਖਬਰਾਂ ਇਹ ਆ ਰਹੀਆਂ ਸੀਗੀਆਂ ਕਿ ਆਮ ਆਦਮੀ ਪਾਰਟੀ ਨਾਲ ਸਮਝੌਤਾ ਆ ਸਕਦਾ ਪਰ ਆਮ ਆਦਮੀ ਨੇ ਤਾਂ ਲਗਭਗ 92 ਸੀਟਾਂ ਜਿਹੜੀਆਂ ਐਲਾਨ ਕਰ ਦਿੱਤੀਆਂ ਅਤੇ ਬਾਕੀ ਰਹਿ ਗਈਆਂ ਜਿਹੜੀਆਂ ਉਹ ਵੱਧ ਤੋਂ ਵੱਧ ਦੁਆਬਾ ਜਾਂ ਮਾਝਾ ਰਹਿ ਗਿਆ ਅਤੇ ਕੀ ਲੱਗਦਾ ਆਮ ਆਦਮੀ ਪਾਰਟੀ ਨਾਲ ਤੁਹਾਡਾ ਸਮਝੌਤਾ ਸਿਰੇ ਚੜੂਗਾ ਨਹੀਂ ਦੇਖੋ ਜੇ ਕੁਛ ਹੋ ਜੇ ਮੇਰੇ ਕਹਿੰਦੇ ਮੈਂ ਉਹਨੂੰ ਬਿਹਤਰ ਸਮਝਦਾ ਮਤਲਬ ਜੇ ਅਸੀਂ ਤੀਜਾ ਬਦਲ ਲਿਆਉਣਾ ਹੈਗਾ ਤਾਂ ਫਿਰ ਇਹੀ ਹੈ ਦੋਨੇ ਧਿਰਾਂ ਬਚੀਆਂ ਮੋਰਚਾ ਅਤੇ ਆਮ ਪਾਰਟੀ ਪਰ ਉਹਨੇ ਮੇਰਾ ਖਿਆਲ ਆ ਬੰਦੇ ਖੜੇ ਕਰਤੇ ਆਪਦੇ ਸ਼ਾਇਦ ਉੱਧਰ ਕੋਈ ਗੱਲ ਸਿਰੇ ਨਾ ਵੀ ਚੜ੍ਹੇ ਇਹੀ ਗੱਲ ਹੈ ਜੇਕਰ ਕਿਤੇ ਇਹ ਹੁੰਦਾ ਵੀ ਕਿਤੇ ਜਿਹੜਾ ਰਾਜਿਆਲ ਸਾਹਿਬ
आम आदमी पार्टी चले जाते हैं राज्यों जोड़ा है आम आदमी पार्टी सीएम का कैंडीडेट ऐलान दें है तो सीटा सोनू जिंदा दस ही देंगे कि रोदू सिंह मानसा समर्थन कर नहीं बारे बाद दसूँगा मैं पहला मैं कुछ नहीं कहना वो ऐलान हो गया जदों कि राज्यों ये स्टैंडर लेंदा कि उस बाद करा गल की जो मर्ज हो जाते उन्होंने हाँ जो कोई फैसला लेंदे ने मर्ज कोई फैसला लेंदा राज्य सब तो मैं तो लगता भी है जी स्टैंड से साडे मोर्चे का स्टैंड करूगा वो जेकर थोड़े मानसा की गल करिए एक पास सिद्धू मूसेवाला खड़ा दूजे पास रोलदू सिंह मानसा दिसू नहीं कल क्यों खड़ा है मतलब होर सारे अकाली दल खड़ा होगा दूसरिया पार्टियां खड़िया होनी भारतीय जनता पार्टी वैसे मैं एक जो मिठू कुआड़े का बहुत मशहूर ने उन्होंने भरा खड़ा मैंने लगता प्रेम और उधरों सिद्धू मूसेवाला हो गया इधरों एक डॉक्टर दंदाला चौथा फिर रोलदू सिंह मानसा दिसू नहीं नहीं मेरी गलता सुनो कोई जरूरी नहीं मेरा मेरी जथेबंदी ने फैसला करना अज साडी मीटिंग हुई थी असी दोबारे 6 तरीक की मीटिंग सदी है वो जथेबंदी कोई मोर्चा टिकट सीटा दिता किसी को समझौता आता है वह जथेबंदी ने फैसला करना कि उंगल धरती है उही कढ़ाऊ बत्तियां सहमति क्यों नहीं बन सकी की कारण है बत्ती मैं तो पहले ही कहता साडी जथेबंदियां दे विच तीन विचार ने एक दवाई कट करते ने गे एक दूसरे की मदद करते हैं गे एक असी साड़िया खबियां तरह असं पहले इलैक्शन लड़ देंगे दो का साडा तालमेल बह गया जी जे दूजे की मदद करते होंगे थे वो बई जथेबंदियां से इस तरीके से आ गई थी बत्तियां का तो जो बह जाता कहा पाए कोटड़ी साहब मैं तेरे गल करनी चाहना पंजाब चो दूजी सरकार बनती बनती मतलब 3 बार तो खारकों अपरेट वाली इन्हें एजेंसियां ने इन्होंने जो मर्जी करके रख गया उन्होंने नहीं बन दी तो इवें जुकरी मैं तो यही कहूँगा भी एजेंसियां साडिया जथेबंदियों के भारू होकर इन्हों तो गैर सियासी कहा जे कि 32 जथेबंदियां फैसला कर लिया सवाल नहीं पैदा किसी होर सरकार बनी सरकार बन जानी मतलब उही दुख मानसा साहब इस गल का आ जाता कहते भी केजरीवाल ने 5 दिन की धुप्प हड़ताल रखी थी तो शुक्रवार को बैठा से मंगलवार को उठ खड़िया तो उदू बाद जो एक तरह का हारिया हुआ मोर्चा सगा तुम एड्डा वड्डा जिहड़ा हैगा देश के प्रधानमंत्री तो जिहड़ा कहिंदे सी कोई नहीं मान सकता एड्डा वड्डा मोर्चा जितने तो बाद अज किसान लीडरां नूं केजरीवाल कोले जाना पै रहा भी साडा जिहड़ा हैगा समझौता कर लो साडे नाल लगदा नहीं गलती हुई है नहीं मैनूं नहीं पता भी कोई गया कि ना गया इहदे बारे मेरे कोई जानकारी नहीं मैं परसों भी राजां नाल मीटिंग करके आ कोई मेरे कोई इहो जी गल आई होवे जां कोई गया मैनूं नहीं इहदे बारे पता आने वाला समा जिहड़ा हैगा क्योंकि ढाडी जथेबंदी है जां है ना जो हूँ कि धरना लग्या करो अगला क्योंकि अस तो सू वोटा च हराया देखो ये डेमोक्रेसी आश के कोई मतलब तुम ये नहीं है भी जे हार गया बंदा तो इतों देश छड़ के भग जूगा मतलब सारी मतलब जितने का एक ने है हूँ तुम मानसा सीट तो ला लो जो 5 जने खड़े होने एक जने ने जितना फिर 4 कड़ा घर छड़ के भग जाएंगे रहने तो इतनी है समाज के ही रहना कोई यही जी गल नहीं होती आने वाले समय के कहा जाता कि जोड़ा है चंडीगढ़ जो किसान घेर लैन चंगा क्योंकि चन्नी साहब ने जो मंगा नहीं मनिया किसानों का कर्जा माफ़ नहीं होया चंडीगढ़ क्यों नहीं घेर सकते नहीं 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 मेरा ख्याल है भी सानू वो थोड़े चिर का मुख्यमंत्री बनया जिन्या कि उन्हें पूरी करिया ठीक है ना हूँ नवे कढ़ाने बजन तो किड़ा बनता है फिर कट्ठे होकर घेर लगे छड़ दी चिंता ना करो मतलब कि वोटा जाके कितने धरने लाने तो नहीं छड़ते कौन छड़ता धरने लाने किमें छड़ देंगे भला धरने बना की बनू साडा किसानों का बनते ही नहीं धरने बना कहना हूँ जिहड़ियां साडियां खबियां तेरों सारे इलैक्शन लड़दियां 30 साल बंगाल से सरकार रही वो कड़ा लड़नों हट गए वो साढ़े नाल ही ने गए मतलब इतने भी उन्होंने एम एल ए जी अद्धे रहे गल तो जो है भाजपा या मोदी सरकार एक गल कहने कामयाब रही ना कि जी इन्हां बंदियां नूं पोलिटिकली महत्वकांक्षा सी बंदे जिहड़ा हैगा मुख्यमंत्री जां प्रधानमंत्री बनना चाहुंदे सीगे जदों हुण राजेवाल साहब इहदे विच जिहड़ा हैगा कुद पए पिंड दे विच मेरा ख्याल साडियां उच घट्टो घट 10 जथेबंदियां वांगू ते 6 उहदे विच मैं गिणदा साडियां सियासी पार्टियां दे जथेबंदियां नेगियां पहलां भी इलैक्शन लड़दियां नेगियां मेरी गल सुणो CPI CPM CPML नो डेमोक्रेसी ਕਿਹੜੀ ਨਹੀਂ ਸਾਡੇ ਚੋਂ ਮਤਲਬ ਜਿਹੜੇ ਵੋਟਾਂ 'ਚ ਗਏ ਉਹੀ ਆ ਜਿਹੜੇ ਪਹਿਲਾਂ ਵੀ ਲੜਦੇ ਰਹੇ ਹਾਂ ਹਾਂ ਹੋਰ ਉਹੀ ਹੀ ਹੈ ਜੇ ਚੱਲ ਰਾਜ ਵਾਲੇ ਦੂਜਿਆਂ ਦੀ ਮਦਦ ਕਰਦੇ ਹੁੰਦੇ ਰਾਜ ਵਾਲ ਹੋਇਆ ਜਾਂ ਲਖਵਾਲ ਹੋਇਆ ਕੁਝ ਜਥੇਬੰਦੀਆਂ ਦੇ ਨਵੇਂ ਮੁੰਡੇ ਆਏ ਨੇ ਉਹ ਤਾਂ ਸਾਲ ਸਾਲ ਦੀਆਂ ਜਥੇਬੰਦੀਆਂ ਬਣੀਆਂ ਨੇ ਉਹ ਬੜੀ ਚੱਲਦੀਆਂ ਨੇਗੀਆਂ ਪੁਰਾਣਾ ਤਾਂ ਰਾਜ ਵਾਲੀ ਆ ਉਹ ਸਮਝ ਲੈ ਪਰ ਤੁਸੀਂ ਪ੍ਰੈਸ ਵਾਰ ਵਾਰ ਕਹੀ ਜਾਂਦੀ ਹੈ ਵੀ ਰਾਜ ਵਾਲ ਉੱਧਰ ਜਾ ਰਿਹਾ ਜੀ ਆਪ ਹੀ ਮੁੱਖ ਮੰਤਰੀ ਸਾਨੂੰ ਤਾਂ ਹਜੇ ਵੇਲੇ ਮੈਨੂੰ ਇੱਕ ਪ੍ਰੈਸ ਨੇ ਪਹਿਲਾਂ ਉੱਥੇ ਸਵਾਲ ਕਰਤਾ ਮੈਂ ਆਪਣਾ ਗਿਆ ਸੀਗਾ ਗੁਰਦਾਸਪੁਰ ਜ਼ਿਲ੍ਹੇ ਅਤੇ ਨਹੀਂ ਮੈਨੂੰ ਕਹਿੰਦੇ ਵੀ ਰਾਜ ਵਾਲਾ ਮੁੱਖ ਮੰਤਰੀ ਹੁਣ ਮੈਂ ਚੌੜ ਚੁੱਕਿਆ ਤਾਂ ਮੈਂ ਖੰਡ ਨਾਲ ਮੂੰਹ ਭਰੂ ਮੈਨੂੰ ਕਹਿੰਦੇ ਯਾਰ ਤਾਂ ਕਿਉਂ ਕਿਹਾ ਮੈਂ ਕਿਹਾ ਯਾਰ ਕੋਈ ਸਾਡੇ ਮੋਰਚੇ ਦੇ ਵਿੱਚੋਂ ਨਿਕਲ ਕੇ ਮੁੱਖ ਮੰਤਰੀ ਬਣਦਾ ਮਾੜਾ ਵੀ ਕੀ ਹੈ ਬਣ ਜਾਂਦੇ ਸਾਡੀ ਸਿਹਤ 'ਤੇ ਕੀ ਅਸਰ ਹੈਗਾ
सानू मतलब किसी के बनते तो मचना नहीं चाहिए, उन्होंने देख के रोना नहीं चाहिए, असं सानू आपके हौसले बुलंद रखने चाहिए। एक बयान जो उतों निकले जित के राजेवाल साहब डल्लेवाल साहब एक दूजे के बयान दागदे कि मंदभागा समझते हो सियाणा गल नहीं उन्हें एक बजुर्ग ने राजेवाल वड्डी उम्र के हो गए, मैं भी कई बार आख जाना डल्लेवाल भी वड्डी उम्र की ला लो गल कि उन्होंने किमें कोई माड़ा मोटा पिछे आप हों नहीं चलते दोलन के नुक चोक नहीं बाहर आनी चाहिए इतने नहीं मानते हो भी डल्लेवाल आर एस एस का बंदा नहीं 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 सारे नहीं, लोगों के बंदे ही नहीं सारे आप जथेबंदियों के बंदे ने कोई नहीं यही कोई नहीं नहीं मतलब कि हुण आने वाला समा संयुक्त किसान मोर्चे ने कहा 15 जनवरी को असं दोबारा दिल्ली के मीटिंग करांगे की प्लैन है मेरा ख्याल है मीटिंग करेंगे जावांगे समझने लगा ला मीटिंग सदन दूजे साथियों की ड्यूटी बनती है असं तो तेन पता भी इधर रिजेमे च लगे हुए इधर लगे हाँ लगे हुए तेरे सामने लगे हुए पूरा मानसा कवर कर लिया नहीं मानसा नहीं कवर कराया पंजाब कवर कराया नहीं पूरा एक यही गल फंड कितों आऊगा फंड पैसा खर्च करने नहीं सवाल नहीं पता एक हल्के सिर्फ 1,00,000 रुपये इलेक्शन लड़ लेने फ्लैक्स ना 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 कोई लोड़ नहीं कोई कटाने नहीं डा नहीं कटाना कला का कैलेंडर भेजना घर मतलब छपा के ना तो साल मौला कैलेंडर देखेंगे वह भी कैलेंडर दे के 10 रुपये लिया करा को भी दसों का बने 10 रुपये कट पाई वह आ लै जा कैलेंडर आ लै जा लीडर फोटो कोई लास्ट वाला कोई होया फाइनल भी कितों इलेक्शन लड़ रहे हैं नहीं नहीं मेरा जथेबंदी ने नहीं अज कहता अज मीटिंग हुई है स्टेडी स्टेड सारे लीडर ने 6 तरीक को खुली मीटिंग सद रहे बड़ी मतलब सद के उदे कोई फैसला कर दें भी कितने लड़ा कि फैसला खुद लड़न के इच्छुक हो जा यार कोई लड़ावे लड़न का की डर होंगे लड़न तो चाहिए है जो कोई लगे आने वाले समय जो है तुम रोतू सिंह जी मानसा जो है खूंडे वाला बापू जरा खूंडा खड़का सियासत के पिंड दिसूगा समय दिता बहुत बहुत धन्यवाद सो बड़े लोग गुरप्रीत कोटली टीवी गुरप्रीत कोटली फेसबुक पेज गुरप्रीत कोटली यूट्यूब चैनल सारे का बहुत बहुत धन्यवाद।